ਮਜ਼ੇਦਾਰ ਰੈਸਪੀ ਤੁਹਾਨੂੰ ਸ਼ੇਅਰ ਕਰਨ ਵਾਲੇ ਅੱਜ ਬਣਾਉਂਦੇ ਪਏ ਹਾਂ ਸ਼ੂ ਰੋਟੀ ਸਰੈਕੀ ਚਾਦਨ ਸ਼ੂ ਰੋਟੀ ਰੋਟੀ ਆਉਂਦੀ ਹੈ ਦਹੀਂ ਆਉਂਦੀ ਹੈ ਲੱਸੀ ਆਉਂਦੀ ਮਤਲਬ ਕੀ ਤਰੀਕੇ ਦਾ ਇੱਕ ਸਾਰਾ ਸਿਸਟਮ ਹੁੰਦਾ ਚਾਹੇ ਸਾਰੀ ਤੁਹਾਡੇ ਨਾਲ ਰੂਟੀਨ ਸ਼ੇਅਰ ਕਰਨ ਵਾਲੇ ਚਾਹੇ ਤਾਂ ਵਲੌਗ ਸਟਾਰਟ ਕਰੋ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣੋ ਉਹ ਸ਼ੁਰੂ ਕਰਨਾ ਮਜ਼ੇਦਾਰ ਵੀਡੀਓ ਓਏ ਵੀਡੀਓ ਬੰਦ ਕਰ ਬੇਟਾ ਧੂਪ ਸੜ ਗਏ ਹੁਣ ਗੱਦੇ ਸੂਈ ਦੇ ਵਿੱਚ ਲੱਸੀ ਪ੍ਰੋਗਰਾਮ ਵੱਧਦਾ ਆ ਨਾ ਮੈਂ ਧੂਪ ਸੜ ਗਿਆ ਬਰੋ ਗਾਲੀ ਗਾਣੀ ਦੇ ਵਿੱਚ ਮੇਰਾ ਥੂਮ ਸੜ ਗਿਆ ਨਚਾਰੇ ਲੋਕ ਗਾਲੀ ਨਾਲ ਲੱਗਦਾ ਹੈ ਹੋਏ ਹੋਏ ਸਟਾਰਟ ਜੀ ਸਾਡਾ ਪ੍ਰੋਗਰਾਮ ਵੜ ਗਿਆ ਸਾਰਾ ਲੈਸਨ ਸਾਰਾ ਜਲ ਗਏ ਕੋਸ਼ਿਸ਼ ਕਰੇ ਤਾਂ ਮਜ਼ੇਦਾਰ ਪੱਕੇ ਲੇਕਿਨ ਮੈਂ ਕੋ ਨਹੀਂ ਲੱਗਦਾ ਅੱਜ ਪੱਕ ਸੀ ਅਲੀ ਪੱਕਾ ਸਸ ਇੱਕ ਵਾਰ ਤਾਂ ਝੂਲੇ 'ਤੇ ਚੜ੍ਹਦੇ ਪਏ ਅਸਲ ਮੈਂ ਡਰ ਕੇ ਲਾਈਏ ਕਿ ਉਹ ਜਿਹੜੇ ਚਿੜਕਾਰ ਉੱਡਦੇ ਪਏ ਨਾ ਥੱਲੇ ਵਲਦੀ ਭਾ ਫੜ ਕੇ ਸੋ ਮਸੇ ਮਸੇ ਭਾ ਵਧੀਏ ਤੇ ਇਹ ਸਾਰਾ ਸਾਰਾ ਜਿਹੜਾ ਲਹਿਸਨ ਹੈ ਉਹ ਤਾਂ ਸੜ ਗਿਆ ਲੇਕਿਨ ਲੱਸੀ ਕੋ ਹੁਣ ਥੋੜ੍ਹਾ ਜਿਹਾ ਨਾ ਇੱਕ ਬੋਇਲ ਕਰੇ ਸੋ ਥੱਲੇ ਭਾ ਬਲਦੀ ਪਈਏ ਤੇ ਜਿਹਲੇ ਬਿਲਕੁਲ ਇਹ ਬੋਇਲ ਥੀ ਵੇ ਸੀ ਉਹਦੇ ਬਾਅਦ ਰੋਟੀਆਂ ਦੇ ਸੇ ਬਣਾ ਰੱਖੇ ਭੋਰੇ ਮਤਲਬ ਕਿ ਟੁਕੜੇ ਬਣਾ ਰੱਖੇ ਇਹ ਟੁਕੜੇ ਚਾਹ ਕੇ ਕੜਾਹੀ ਦੇ ਵਿੱਚ ਸੱਟ ਦੇ ਸੋ ਇਨਸ਼ਾ ਅੱਲਾ ਠੀਕ ਇਹਨਾਂ ਕੋ ਧੂੰਆਂ ਖਾ ਗਈ ਇੱਕੋ ਉਹ ਤੱਕ ਲੈਂਦੇ ਰਹਾ ਸੋ ਜੇ ਤੱਕ ਇਹ ਬਿਲਕੁਲ ਓਕੇ ਨਹੀਂ ਸੀ ਤਾਂ ਹੁਣ ਇਹਦੇ ਸਿੱਟੇ ਸੋਈ ਮਿਰਚਾਂ ਇੱਕੋ ਹਲਿਆਂ ਦੇ ਹੀ ਵਾਸਤੇ ਪਏ ਹੈ ਕਿ ਅਗਰ ਇੱਕ ਨਾ ਹਲਿਆ ਸੁਣਾ ਲੱਸੀ ਖਰਾਬ ਥੀ ਵੀ ਸੀ ਤਾਂ ਲੱਸੀ ਕੋ ਖਰਾਬ ਥੀ ਹੋਣ ਤੋਂ ਬਚਾਉਣ ਕਿਤੇ ਕੋ ਹਲਾਉਣਾ ਤਾਂ ਪੋਸੀ ਚਮਚਾ ਮਾਰਨਾ ਪੋਸੀ ਇੱਕ 5 ਮਿੰਟ ਇੱਕ ਹਲਿਆ ਸੁਣ ਹਲਾਉਣ ਤੋਂ ਬਾਅਦ ਇਹਦੇ ਵਿੱਚ ਰੋਟੀ ਪਾ ਦੇ ਸੋ ਰੋਟੀ ਪਾਉਣ ਤੋਂ ਬਾਅਦ ਸਾਡੀ ਸ਼ੂ ਰੋਟੀ ਤਿਆਰ ਅੱਲਾ ਦੇ ਹੁਕਮ ਦੇ ਨਾਲ ਲੱਸੀ ਵਾਲਾ ਪ੍ਰੋਗਰਾਮ ਹੀ ਵੜਦਾ ਹੀ ਹੁਣ ਪੈਸੋਂ ਬਿਸਮਿਲਾ ਪੜ ਕੇ ਰੋਟੀਆਂ ਅੱਛਾ ਲੱਸੀ ਢੇਰ ਹੈ ਮਾਰਕਾ ਉੱਠਿਆ ਤੁਹਾਡੇ ਰੋਟੀ ਪਾ ਦਿੱਤੀ ਹੈ ਹੁਣ ਇੱਕ 5 ਮਿੰਟ ਮੈਂ ਹਲੈਂਦੇ ਰਹੋ ਸੋ ਹਲਾਵਣ ਤੋਂ ਬਾਅਦ ਇਹਦੇ ਵਿੱਚ ਪੈ ਸੋ ਨਮਕ ਅਤੇ ਮਿਰਚਾਂ ਫਿਲਹਾਲ ਇੱਕ ਥੋੜ੍ਹਾ ਜਿਹਾ ਨਾ ਬੋਇਲ ਥੀ ਹੁੰਦਾ ਮਤਲਬ ਪੱਕਾ ਡੋ ਅੱਜ ਮੈਂ ਮੁਬਸ਼ਰ ਸਦੀਕ ਬਣਾ ਬੈਠਾ ਅਸਲੇ ਮੈਂ ਯਾਰ ਲੈਫਟ ਹੈਂਡਡ ਆਈ ਵਾਸਤੇ ਮੈਂ ਸਾਰਾ ਕੰਮ ਲੈਫਟ ਹੈਂਡ ਨਾਲ ਹੀ ਕਰੇ ਨਾ ਤਾਂ ਜਿੱਥੇ ਮੇਰੇ ਸੱਜੇ ਹੱਥ ਨਾਲ ਮੇਰੇ ਕੋਲ ਚਮਚਾ ਸਹੀ ਨਹੀਂ ਲੱਗਦਾ ਪਿਆ ਹੁਣ ਦੇਖੋ ਇਹ ਕਿਵੇਂ ਸਹੀ ਹੈ ਹਾਲੇ ਤਾਂ ਪ੍ਰੋਗਰਾਮ ਬਣਨਾ ਹਾਂ ਕੋ ਬੁੱਧ ਟੁਰੇ ਸੋ ਉਹ ਸਪੀਡ ਪਈ ਉਹ ਸਪੀਡ ਪਈ ਉਹ ਬਿਸਮਿਲਲਾ ਬਿਸਮਿਲਲਾ ਇਹ ਤਾਂ ਪ੍ਰੋਗਰਾਮ ਛੱਡ ਵਜੋ ਅੱਜ ਪ੍ਰੋਗਰਾਮ ਪੜਦੇ ਟੋ ਟੋ ਟੋ
ਓਏ ਭੁੱਖੇ ਬਿਲਕੁਲ ਬੁੱਢਾ ਪਏ ਮਰ ਕਾ ਲੱਸੀ ਘੱਟ ਹੈ ਦਿਉ ਜ਼ਿਆਦਾ ਹੈ ਹੋਣੀ ਦੇ ਵਿੱਚ ਪੈਸੂ ਨਮਕ ਮਿਰਚਾਂ ਇਹ ਨਮਕ ਨਮਕ ਪੈਸੂ ਹਾਫ ਟੀ ਸਪੂਨ ਖੈਰ ਇਹ ਟੀ ਸਪੂਨ ਤਾਂ ਨਹੀਂ ਇਸੀ ਰਿਲੈਕਸ ਸਪੂਨ ਹੈ ਹੁਣ ਪੈਸੂ ਮਿਰਚਾਂ ਇਹ ਤਾਂ ਹਲਾਦ ਰਿਹਾ ਬੜੇ ਇਹ ਹੈ ਮਿਰਚਾਂ ਇਹ ਪੈਸੋਂ ਕਿਤਨੇ ਆਏ ਅੱਜ ਕ੍ਰਿਸਪੀ ਬਣਾਉਣੀ ਕ੍ਰਿਸਪੀ ਹੋਣੀ ਕੋ ਮਿਕਸ ਕਰਦੇ ਸੋ ਤੁਹਾਨੂੰ ਰੋਟੀ ਨਾਲ ਲੱਗ ਵਜੀ ਵਾਸਤੇ ਕੋ ਹਲੈਂਦੇ ਰਸੋ ਵਾਹ ਯਾਰ ਵਾਹ ਮੇਰੀ ਸੋਚ ਕੋਲ ਜ਼ਿਆਦਾ ਜ਼ਬਰਦਸਤ ਬਣਦੀ ਪਈ ਹੁਣ ਇਹ ਜਿਲੇ ਖਾਸੂ ਪੱਤੋਂ ਲੱਗਸੀ ਕਿ ਸੜੇ ਹੋਏ ਲਹਿਸਨ ਦਾ ਜ਼ਾਇਕਾ ਕਿਵੇਂ ਆਉਂਦਾ ਇਹ ਖਾਵਣੀ ਮੈਂ ਅਸਦ ਅਲੀ ਹਸਨ ਤੇ ਸ਼ਮਰੋਦ ਨੇ ਰਲ ਕੇ ਅਲਹਮਦੁਲਿਲਾ ਸਾਡੀ ਸ਼ੂ ਰੋਟੀ ਤਿਆਰ ਥੀ ਚੁੱਕੀ ਕੋਹਣ ਲੈਣੇ ਕਿ ਨਹੀਂ ਰੋਟੀ ਯਕੀ ਚੱਬੜ ਨਾ ਥੀ ਵਜੇ ਜੀ ਮੈਂ ਬੱਬਲ ਆਉਂਦੀ ਅਲਹਮਦੁਲਿਲਾ ਸ਼ੂ ਰੋਟੀ ਤਿਆਰ ਥੀ ਗਈ ਹੈ ਹੁਣ ਇੱਕ ਥੋੜ੍ਹਾ ਜਿਹਾ ਦੁਬਾਰਾ ਮਿਕਸ ਕਰੇ ਸੋ ਨਮਕ ਮਿਰਚ ਚੈੱਕ ਕਰੇ ਸੋ ਰੋਜ਼ ਜ਼ਾਇਕਾ ਠੀਕ ਹੈ ਤੇ ਕੋ ਖਾਸ ਨਾ ਤੋ ਥੋੜ੍ਹਾ ਜਿਹਾ ਐਡ ਕਰੇ ਸੋ ਬਹਿਣ ਚੋਦ ਨਾ ਸੜ ਗਿਆ ਹੁਣ ਨਮਕ ਮਿਰਚ ਚੈੱਕ ਕਰੇ ਸੋ ਥੋੜ੍ਹਾ ਜਿਹਾ ਨਮਕ ਪਾਉਣਾ ਤੁਸੀਂ ਨਮਕ ਥੋੜ੍ਹਾ ਜ਼ਿਆਦਾ ਪਊਗਾ ਉਹ ਗਾਤੇ ਗਾਤੇ ਹੀ ਕਵਾਲ ਬਣਦੇ ਆ ਅਸਾਂ ਹੀ ਪਕਾਉਣ ਸਿੱਖ ਹੋਏ ਸੋ ਜਿਹੜਾ ਕਰਮਾ ਲਿਆ ਸੀ ਨਾ ਆਸ਼ੇ ਪਕਾ ਪਕਾ ਥੋੜੇ ਸੋ ਯਕੀਨ ਕਰੋ ਬਹੁਤ ਮਜ਼ੇਦਾਰ ਬਣ ਗਈ ਇਹ ਹੁਣ ਅਲੀ ਹਸਨ ਦੇ ਸ਼ਸਤ ਤੇ ਸ਼ਮਰੋਦ ਜਿਲ ਖਾਸੇ ਨਾ ਹੋਣ ਮੈਂ ਕੋ ਤੁਹਾਡਾ ਰਿਵਿਊ ਉਹ ਵੀ ਦੇਸਾਂ ਮਾਰ ਕਾ ਸ਼ੂ ਰੋਟੀ ਤਾਂ ਗਈ ਬਣ ਹੋਣੀ ਦਿਖ ਰਹੇ ਨੇ ਪਏ ਸ਼ਿਫਟਿੰਗ ਕਿਉਂਕਿ ਤਾਂ ਬਾਤ ਸੇ ਕਿ ਬੈ ਕਿਚਨ ਮਿਲਦੇ ਅਸਤੇ ਕੋਣ ਪਾ ਰਹੇ ਲਹਿਸਨ ਦੇ ਜਲਣ ਦੀ ਬੁਹਾਰ ਤਾਂ ਕੰਮ ਪਈ ਹੁਣ ਪੈ ਸਮੇਂ ਆਪੇ ਅਲਹਮਦੁਲਿਲਾ ਇਹ ਮੇਰੀ ਪਊਗੀ ਬਿਸਮਿਲ੍ਲਾ ਪੜ੍ਹ ਕੇ ਹੋ ਖਾਸੋ ਯਾਰ ਵਾਕੇ ਕਮਾਲ ਬਣੀ ਹੈ ਹਾਂ ਵੀ ਅਸਾਂ ਦੱਸ ਕਿਵੇਂ ਬਣੀ ਇਹ ਸਾਹਮਣੇ ਪਾਣੀ ਲਈ ਟੈਂਕੀ ਦੇਦੇ ਪਏ ਹੋ ਇਹ ਟੈਂਕੀ ਦੇ ਵਿੱਚ ਗੁਜ਼ਾਰਨ ਵਾਲਾ ਮੈਂ 24 ਘੰਟੇ ਸਬਰ 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 ਇਵੇਂ 24 ਘੰਟੇ ਨਹੀਂ ਗੁਜ਼ਾਰਨੇ ਇੱਕ ਬਹੁਤ ਵੱਡੇ ਟਵਿਸਟ ਦੇ ਨਾਲ ਗੁਜ਼ਾਰਨ ਤਾਂ ਮੇਰੀ ਅਗਲੀ ਵੀਡੀਓ ਇੰਤਜ਼ਾਰ ਕਰੇ ਸੋ ਅਤੇ ਇਹ ਵਲੋਗ ਦੇ ਅਸੀਂ ਕਰੇ ਨੇ ਐਂਡ ਅਤੇ ਨਵਾਂ ਵਲੋਗ ਸਟਾਰਟ ਕਰੇ ਨੇ ਨਵਾਂ ਚੈਲੰਜ ਸਟਾਰਟ ਕਰੇ ਨੇ ਵਧੀਆ ਇਨਸ਼ਾਅੱਲਾ ਨਵੀਂ ਵੀਡੀਓ ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਸੀਗੀ ਅੱਜ ਦੀ ਵੀਡੀਓ ਚੰਗੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਲਾਈਕ ਕਰੋ ਸੋ ਸ਼ੇਅਰ ਕਰੋ ਸੋ ਤਬ ਤੱਕ ਲਈ ਅੱਲਾ ਹਾਫਿਜ਼